ਸਿੱਧਾ ਅਗੇ ਘਰ ਚਲਾ ਜਾਂਦਾ। ਹੁਣ ਹਜ਼ੂਰ ਨੂੰ ਵੇਖਿਆ ਜਦੋਂ ਦਾ ਘਰ ਨਹੀਂ ਜਾਂਦਾ, ਸਿੱਧਾ ਹਜ਼ੂਰ ਦੀ ਬਾਰਗਾਹ ਚ ਆ ਜਾਂਦਾ। ਆਓ ਬਾਬੇ ਦੀ ਬਾਰ, ਰੋਜ਼ ਹੀ ਹਜ਼ੂਰ ਦੀ ਬਾਰਗਾਹ ਚ ਆ ਜਾਂਦਾ। ਹੁਣ ਵਿਪਲਾ ਕਾਰੀ ਸਾਹਿਬ ਦੇ ਕੋਲੇ ਰੋਜ਼ ਹੀ ਬੰਦਾ ਆ ਕੇ ਭਾਵੇਂ ਕੱਪੜੇ ਦਾ ਕਾਰੋਬਾਰ ਕਰਦਾ ਹੋਵੇ, ਲੋਕ ਆਖਣਾ ਹੈ ਰੋਜ਼ ਹੀ ਕਾਰੀ ਸਾਹਿਬ ਕੋਲ ਆ ਕੇ ਬਹਿ ਜਾਂਦਾ, ਅਲਾਮਾ ਸਾਹਿਬ ਕੋਲ ਆ ਕੇ ਬਹਿ ਜਾਂਦਾ ਹੈ। ਕਦੇ ਕਾਰੀ ਸਾਹਿਬ ਨੂੰ ਕੋਈ ਤੋਹਫਾ ਲਿਆ ਕੇ ਦਿੱਤਾ ਕਿ ਨਹੀਂ ਦਿੰਦਾ, ਉਹਨੂੰ ਵੀ ਗੁਲਾਮ ਆਖਿਆ ਰੋਜ਼ ਹਜ਼ੂਰ ਕੋਲ ਆ ਜਾਂਦਾ ਹੈ। ਕਦੀ ਹਜ਼ੂਰ ਨੂੰ ਵੀ ਕੋਈ ਤੋਹਫਾ ਲਿਆ ਕੇ ਦਿੱਤਾ ਹੈ ਕਿ ਨਹੀਂ, ਉਹਨੇ ਆਪਣੀ ਪਹਿਲੀ ਵਿੱਚ ਕੱਦੂ ਬੀਜਿਆ, ਤਿਆਰ ਹੋ ਗਿਆ, ਬਿਲਕੁਲ ਤਿਆਰ ਹੋ ਗਿਆ। ਜਿਹੜੀ ਆਪਣਾ ਸਬਜ਼ੀ ਉਹਨੇ ਮੰਡੀ ਵਿੱਚ ਨਹੀਂ ਅਲੱਗ ਕਰ ਲੈਣੀ, ਜਿਹੜੀ ਹਜ਼ੂਰ ਦੀ ਬਾਗ ਵਿੱਚ ਤੋਹਫਾ ਲੈ ਕੇ ਆਉਣਾ ਉਹਨੇ ਅਲੱਗ ਕਰ ਲੈਣੀ। ਬਲਕਿ ਮੈਂ ਤਾਂ ਐਵੇਂ ਕਰਕੇ ਆਖਾਂਗਾ ਪੂਰੀ ਪੈਲੀ ਫਿਰ ਕੇ ਸੋਹਣੇ ਸੋਹਣੇ ਕੱਦੂ ਤੋੜਦਾ ਜੇ, ਤੋੜ ਕੇ ਜਨਾਬ ਵਾਲਾ ਧੋ ਕੇ ਆਪਣੇ ਸੀਨੇ ਨਾਲ ਲਾਉਂਦਾ, ਕਿਉਂਕਿ ਉਹ ਤੋਹਫਾ ਤੁਸ਼ਰੀ ਬੜਾ ਪਸੰਦ ਹੈ, ਹੁਣ ਰੋਜ਼ ਹੀ ਤੋਹਫਾ ਲੈ ਕੇ ਆ ਜਾਂਦਾ ਹੈ, ਰੋਜ਼ ਹੀ ਕੱਦੂ ਲੈ ਕੇ ਆ ਜਾਂਦਾ ਹੈ। ਮੇਰੇ ਆਕਾ ਕੀ ਕਰਨਾ ਹੈ? ਫਰਮਾਇਆ ਜਦੋਂ ਜ਼ਾਹਿਰ ਆਏਗਾ ਅਸਾਂ ਵੀ ਤੋਹਫਾ ਦੇਣਾ। ਅੱਜ ਮੰਡੀ ਚਲਾ ਗਿਆ, ਜਾ ਕੇ ਲੋਕਾਂ ਨੂੰ ਇਕੱਠਿਆਂ ਕਰੇ, ਕਹਿਣ ਲੱਗਾ ਲੋਕੋ ਨਬੀ ਨਾਲ ਮੇਰੀ ਯਾਰੀ ਲੱਗ ਗਈ ਹੈ, ਆਪਾਂ ਮੇਰੇ ਨਾਲ ਬੜਾ ਪਿਆਰ ਕਰਦੇ ਨੇ, ਮੈਂ ਆਪਾਂ ਨਾਲ ਪਿਆਰ ਕਰਨਾ ਵਾ, ਲੋਕਾਂ ਗੱਲਾਂ ਕਰਨੀਆਂ, ਲੋਕਾਂ ਗੱਲਾਂ ਕੀਤੀਆਂ, ਜ਼ਾਹਿਰ ਜਿਹੜੀਆਂ ਗੱਲਾਂ ਨਾ ਕਰਿਆ ਕਰ, ਕਿੱਥੇ ਮੇਰੀ ਜ਼ਾਤ ਏ, ਉਹ ਕਿੱਥੇ ਨਬੀ ਦਾ ਮੁਕਾਮ ਏ, ਇਹ ਜਿਹੜੀਆਂ ਗੱਲਾਂ ਨਾ ਕਰਿਆ ਕਰ, ਇਹ ਨੁਕਰੇ ਹੋ ਕੇ ਪੈ ਗਿਆ ਏ, ਰੋਂਦਾ ਏ ਕਰਦਾ ਨਹੀਂ, ਤੇਰੇ ਯਾਰ ਦੇ ਪਿਆਰ ਦੀਆਂ ਗੱਲਾਂ ਕਰਨਾ ਲੋਕ ਧਾਨੇ ਮਾਰਦੇ ਨੇ। ਬਾਬੇ ਜੀ ਦਾ ਘਰ ਗੁਲਾਮ ਹਜ਼ੂਰ ਦੀ ਬਾਰਗਾਹ ਖਾਦਰ ਹੋਇਆ ਜਿੰਦ ਕਰਦਾ, ਸੋਹਣਿਆ ਸਾਹਿਬ ਨੂੰ ਮਨਾ ਕਰੋ ਮੱਟੀ ਕਰਦਾ ਏ, ਬੰਦੇ ਇਕੱਠੇ ਕਰ ਲੈਂਦਾ ਏ, ਫਿਰ ਗੱਲਾਂ ਕਰਦਾ ਸੋਹਣਿਆ ਕਿ ਆਕਾ ਨਾ ਮੇਰੀ ਲੜੀ ਲੱਗ ਗਈ, ਹਜ਼ੂਰ ਮੇਰੇ ਨਾਲ ਪਿਆਰ ਕਰਦੇ ਨੇ, ਮੈਂ ਹਜ਼ੂਰ ਨਾਲ ਪਿਆਰ ਕਰਨਾ ਵਾ, ਸੋਹਣਿਆ ਫਿਰ ਉਹ ਗੱਲਾਂ ਕਰਦੇ ਨੇ, ਇਹ ਨੁਕਰੇ ਬਹਿ ਬਹਿ ਕੇ ਰੋਂਦਾ। ਮੇਰਾ ਆਕਾ ਫਰਮਾਇਆ ਸਤਾਈ ਸ਼ੈਤਾਨ ਦੇ
ਸਬਜ਼ੀ ਵੇਚਣ ਲਾ ਵਾਸਤੇ ਕੱਲੂ ਸ਼ਰੀਫ ਵੇਚਣ ਵਾਸਤੇ ਆ ਗਿਆ ਜ਼ਾਹਿਰ ਫਿਰ ਉਹ ਹਜ਼ੂਰ ਵੀ ਆ ਗਏ ਆਪਣੇ ਗੁਲਾਮ ਦੀ ਅੱਖਾਂ ਤੇ ਹੱਥ ਰੱਖਿਆ ਤੇ ਮੈਂ ਜ਼ਾਹਿਰ ਮੈਂ ਕੌਣ ਪਿਆਰ ਪੁੱਛਦੇ ਨੇ ਜ਼ਾਹਿਰ ਮੈਂ ਕੌਣ ਆ ਸੁਭਾਨ ਅੱਲਾਹ ਹਜ਼ੂਰ ਖਿਆਲ ਫਰਮਾਇਆ ਇਹ
ਇਹਨੇ ਨਹੀਂ ਬੋਲਣਾ ਮੈਂ ਸਾਰਾ ਦਿਨ ਵੀ ਖੜਾ ਵਾ, ਇਹਨੇ ਨਹੀਂ ਜੇ ਬੋਲਣਾ। ਮੇਰੇ ਆਕਾ ਨੇ ਹੱਥ ਅੱਖਾਂ ਤੋਂ ਉਠਾਏ, ਬੁੱਟੋ ਪਕੜ ਕੇ, ਬਾਜ਼ੂ ਤੋਂ ਪਕੜ ਕੇ, ਫਜ਼ਾ ਵਿੱਚ ਲੱਗ ਲੱਗ ਕੇ, ਮੈਂ ਕੌਣ ਹੈ ਸਾਡੇ ਗੁਲਾਮ ਨੂੰ ਖਰੀਦਣ ਵਾਲਾ? ਲੋਕ ਜਮ੍ਹਾਂ ਹੋ ਗਏ ਨਾ ਵੇਖਣ ਵਾਲੇ, ਕੌਣ ਹੈ ਸਾਡੇ ਗੁਲਾਮ ਨੂੰ ਖਰੀਦਣ ਵਾਲਾ? ਗੁਲਾਮ ਕਦਮੀ ਡੇਗ ਗਿਆ, ਸੁਲਤਾਨ ਲਾ ਰਹੀ ਦਾ ਗਲ ਪੁੱਠਿਆ, ਹਾ ਫਰਮਾਨੇ ਮੈਂ ਕੋਜੀ ਮੇਰਾ ਦਿਲ ਪਰ ਸੋਹਣਾ ਨਾ ਕੋਸ਼ਿਸ਼ ਕਰੋ। ਅੱਲਾਹ ਪਾਕ ਦੀ ਬਾਰਗਾਹ ਵਿੱਚ ਦੁਆ ਹੈ, ਮਾਲਿਕ ਹਾਜ਼ਰ ਕਬੂਲ ਫਰਮਾ।